than usual traffic. You should reach your destination by 1:39 p.m. ਆਪ ਸਭ ਦਾ ਇੱਕ ਵਾਰੀ ਫਿਰ ਤੋਂ ਮੇਰੇ ਚੈਨਲ ਵੀਰ ਸੁਖਵਿੰਦਰ ਉੱਤੇ ਇਤਿਹਾਸ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਸੋ ਅੱਜ ਦਾ ਦਿਨ ਬਹੁਤ ਹੀ ਸੋਹਣਾ ਨਿਕਲਿਆ ਅਤੇ ਦੋ ਦਿਨ ਰਹਿ ਗਏ ਮੇਰੀ ਸਰਜਰੀ ਨੂੰ ਸੋ ਦਿਨ ਸੋਹਣਾ ਸੀਗਾ ਸੋ ਦਿਨ ਦਾ ਲਾਹਾ ਲੈ ਰਹੇ ਹਾਂ ਅਤੇ ਨਿਕਲੇ ਹਾਂ ਘੁੰਮਣ ਫਿਰਨ ਨੂੰ ਸੋ ਲਾਸਟ ਟ੍ਰਿਪਸ ਬਿਫੋਰ ਮਾਈ ਸਰਜਰੀ ਸੋ ਅੱਜ ਨਿਕਲੇ ਹੋਏ ਹਾਂ ਵਿਸਲਰ ਵੱਲ ਨੂੰ ਜਾ ਰਹੇ ਹਾਂ ਰਸਤੇ ਵਿੱਚ ਹੈਗੇ ਹਾਂ ਸੋ ਡਰਾਈਵਰ ਚੇਂਜ ਹੋ ਰਿਹਾ ਅਤੇ ਹੁਣ ਕਰਦੇ ਹਾਂ ਕਿ ਕੰਟੀਨਿਊ ਫਿਰ Finally, after driving for 2 hours, we are here at a point of Portikov. ਨਾ ਜ਼ਿਆਦਾ ਮਨ ਕਰਦਾ ਨਾ ਬੋਟਿੰਗ ਕਰਨ ਦਾ ਪਾਣੀ ਦੇ ਵਿੱਚ ਜਾਣ ਦਾ ਬਟ ਸਰਜੇ ਦੇ ਕਿਤੇ ਕੁਝ ਨਹੀਂ ਕਰ ਹੋਣਾ ਇਸ ਵਾਰੀ ਗੱਡੀ ਪਾਰਕ ਹੋਈ ਤਾਂ ਸਾਡਾ ਖਾਣ ਪੀਣ ਦਾ ਸਮਾਨ ਸਾਰਾ ਰੈਡੀ ਹੈ ਇੱਥੇ ਸਾਡੇ ਨਾਲ ਵੀਰ ਜੀ ਕਿਉਂਕਿ ਬਾਹਰੋਂ ਕੁਝ ਖਾਣਾ ਨਹੀਂ ਹੁੰਦਾ ਬਾਹਰੋਂ ਕੁਝ ਖਾਣਾ ਹੁੰਦਾ ਘਰੋਂ ਸਾਰਾ ਕੁਝ ਤਿਆਰ ਕਰਕੇ ਲਿਆਉਣਾ ਹੁੰਦਾ ਬਾਹਰ ਅੜਾ ਕੇ ਸੌਖਾ ਥੋੜ੍ਹਾ ਦਾ ਪਿਆ ਸਾਨੂੰ ਬਸ ਅਸੀਂ ਪਿੱਛੇ ਖਾਣ ਪੀਣ ਨੂੰ ਬੈਠੇ ਹਾਂ ਸਾਰਾ ਬ੍ਰੇਕਫਾਸਟ ਕਰਨ ਨੂੰ ਬਟ ਸਾਡੀ ਮੇਹਰ ਕੌਰ ਦੇਖੋ ਆਪਣੇ ਮਸਤ ਹੈ ਫੋਟੋ ਸ਼ੂਟ ਕਰਾਉਣਾ ਆ ਕੇ ਬੈਠ ਗਏ ਆਪਣਾ ਟੇਕ ਕੇ ਸੱਜ ਕੇ ਮੋਡਲ ਬਣ ਕੇ ਹੁਣ ਇਹਨਾਂ ਦਾ ਪਹਿਲਾਂ ਫੋਟੋ ਸ਼ੂਟ ਕਰੋ ਫਿਰ ਆਪਾਂ ਕੁਝ ਅੱਗੇ ਚੱਲ ਸਕਦੇ ਹਾਂ ਆਹ ਦੇਖੋ ਬੈਠੇ ਆਪਣੇ ਨਾਲ ਟੇਕ ਕੇ ਮੇਹਰ ਕੌਰ ਸਾਹਿਬ ਸਾਡੇ ਮੇਹਰ ਕੌਰ ਸੋ ਹੇਅਰ ਇਟ ਗੋਜ਼ ਦ ਅਨਦਰ ਰਾਊਂਡ ਗੋਇੰਗ ਅਪ ਐਂਡ ਕਮਿੰਗ ਡਾਊਨ ਫਰੋਮ ਦ ਸਟੇਅਰਸ ਸੋ ਦੂਜੀ ਤੀਜੀ ਵਾਰੀ ਹੋ ਗਿਆ ਉੱਪਰ ਜਾਣਾ ਨਾਲ ਦੇ ਨਾਲ ਨੀਚੇ ਉੱਪਰ ਰੁਕਣਾ ਨਹੀਂ ਆ ਨਾਲ ਦੇ ਨਾਲ ਫਿਰ ਤੋਂ ਨੀਚੇ ਇੱਕ ਮਿੰਟ ਉੱਪਰ ਰੁਕੇ ਹਾਂ ਫਿਰ ਤੋਂ ਨੀਚੇ ਜਾਣਾ ਸ਼ੁਰੂ ਇਹ ਕੁਝ ਚੱਲਦਾ ਪਿਆ ਪਿਛਲੇ 5 ਮਿੰਟ ਤੋਂ ਉੱਪਰ ਆਓ ਨੀਚੇ ਜਾਓ ਉੱਪਰ ਆਓ ਨੀਚੇ ਜਾਓ ਇੰਨੀ ਦੂਰ ਆਏ ਹਾਂ 1.5 ਘੰਟਾ ਲਾ ਕੇ ਬਸ ਪੌੜੀਆਂ ਉੱਪਰ ਨੀਚੇ ਹੋਣ ਨੂੰ ਬਸ ਹੌਲੀ ਹੌਲੀ ਇੰਨੀ ਨਿੱਘੀ ਧੁੱਪ ਆ ਅਤੇ ਦੂਜੇ ਪਾਸੇ ਇੰਨੀ ਠੰਡੀ ਹਵਾ ਚੱਲਦੀ ਵੀ ਕੰਨ ਠਰ ਗਏ ਆ ਇਹਦੇ ਨਾਲ ਬਾਹਰ ਆਉਂਦੇ ਤਾਂ ਫਾਇਦੇ ਹੀ ਫਾਇਦੇ ਆ ਖਾਣ ਪੀਣ ਦੀ ਮੌਜ ਲੱਗ ਜਾਂਦੀ ਮੈਨੂੰ ਤਾਂ ਕਦੀ ਬਲੂਬੈਰੀ ਸ਼ੇਕ ਕਦੀ ਕੁਝ ਅਤੇ ਕਦੀ ਕੁਝ ਨਹੀਂ ਸੀ ਸਵੇਰੇ ਘਰੋਂ ਨਿਕਲੇ ਸੀ ਭੁੱਖਾ ਬਾਣੇ ਪਹਿਲਾਂ ਪ੍ਰਸ਼ਾਦੇ ਹੁਣ ਬਲੂਬੈਰੀ ਸ਼ੇਕ ਠੰਡਾ ਪੂਰਾ ਐਨ ਮਜ਼ੇਦਾਰ ਦੇਖੋ ਮੇਰੇ ਕੋਲ ਆਪਣੇ ਉਹਦੇ ਆਪਣੇ ਲੈਕਚਰ ਚੱਲਦੇ ਪਏ ਆ ਮੇਰੇ ਕੋਲ ਕਿਹੜਾ ਲੈਕਚਰ ਚੱਲ ਰਿਹਾ ਤੁਹਾਡਾ ਹਫ਼ਤੇ 'ਚ ਇੱਕ ਅੱਧੀ ਵਾਰੀ ਤਾਂ ਆਊਟਿੰਗ ਬਹੁਤ ਜ਼ਰੂਰੀ ਆ ਜਿੱਦਾਂ ਮਰਜ਼ੀ ਮੌਸਮ ਹੋਵੇ ਮੀਂਹ ਪੈਂਦਾ ਹੋਵੇ ਧੁੱਪ ਨਿਕਲੇ ਹੋਵੇ ਜੋ ਮਰਜ਼ੀ ਹੋਵੇ ਆਊਟਿੰਗ ਜ਼ਰੂਰੀ ਆ ਤਾਂ ਹੀ ਦਿਮਾਗ ਸੈੱਟ ਰਹਿੰਦਾ ਅਗਲੇ 4 ਮਹੀਨੇ ਜਦੋਂ ਮੈਂ ਘਰ ਬਹਿਣਾ ਮੈਨੂੰ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਘਰੇ ਬੈਠੇ ਰਹਿਣਾ ਸਾਰਾ ਸਾਰਾ ਦਿਨ ਗੋਡੇ ਨੂੰ ਫੜ ਕੇ ਮੇਰਾ ਤਾਂ ਦਿਮਾਗ ਖਰਾਬ ਹੋ ਜਾਣਾ ਦਿਮਾਗ ਫਟਣ ਨੂੰ ਆਇਆ 4 ਮਹੀਨੇ ਪਤਾ ਨਹੀਂ ਮੈਂ ਕਿੱਦਾਂ ਕੱਢਣੇ ਆ ਇੱਥੇ 4 ਦਿਨ ਨਹੀਂ ਨਿਕਲਦੇ ਮੇਰੇ ਕੋਲੋਂ ਅੱਜ ਦੀ ਕਹਾਣੀ ਦਾ ਇੰਟਰਵਲ ਇੱਥੇ ਹੀ ਇੰਟਰਵਲ ਤੋਂ ਬਾਅਦ ਦੀ ਕਹਾਣੀ ਦਾ ਕੀ ਹਿਸਾਬ ਕਿਤਾਬ ਆ ਕਿੱਥੇ ਜਾਣਾ ਕੀ ਨਹੀਂ ਆ ਉਹ ਤੁਹਾਨੂੰ ਅੱਗੇ ਪਤਾ ਲੱਗ ਜਾਏਗਾ ਕਹਾਣੀ ਦਾ ਅਗਲਾ ਪੜਾ ਸਟੈਂਡ ਕਲਾਰਕ ਪਾਰਕ ਸੋ ਬੇਸਿਕ ਰੋਟੀ ਪਾਣੀ ਖਾਣਾ ਸੀ ਅਤੇ ਬਸ ਮੇਰੇ ਕੋਲ ਲਈ ਝੂਟੇ ਇਸ ਕਰਕੇ ਇੱਥੇ ਰੁਕੇ ਛੋਟੀ ਜਿਹੀ ਪਾਰਕ ਛੋਟੀ ਜਿਹੀ ਹੈਗੀ ਆ ਇਹ ਹੁਣ ਰੋਟੀ ਪਾਣੀ ਖਾ ਕੇ ਮੈਂ ਲੱਗਾ ਥੋੜ੍ਹੀ ਦੇਰ ਸੌਣ ਹੁਣ ਤਾਂ ਨੀਂਦ ਆ ਰਹੀ ਹੈ ਬਹੁਤ ਜ਼ਿਆਦਾ
ਦੀ ਪਾਰਕ ਵਿੱਚ ਆ ਕੇ ਆਪ ਬੱਚੇ ਨਾ ਬਣੇ ਤਾਂ ਕੀ ਫਾਇਦਾ, ਆਓ ਆਪਣਾ ਬੱਚੇ ਲਓ, ਆਪ ਬੱਚੇ ਬਣੋ ਨਾਲ ਮੈਂ ਪੂਰੇ ਮਜ਼ੇ ਕਰੂੰਗੀ। ਮਰਜ਼ੀ ਚਲ ਜਾਓ ਆਪਣੇ ਤਾਂ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਆ। ਹੁਣੇ ਬਸ ਵੋਕ ਕਰਦੇ ਫਿਰਦੇ ਹਾਂ, ਅੱਧਾ ਘੰਟਾ ਹੋ ਗਿਆ ਨਿਕਲੇ ਕੋਲ, ਇੱਥੇ ਸਿੰਘ ਸਾਹਿਬ ਸੀਗੇ ਕੋਲ, ਫਤਿਹ ਦੀ ਸਾਂਝ, ਬਸ ਉੱਥੇ ਕੋਲ ਖੜੋ ਗੱਲਾਂ ਸ਼ੁਰੂ ਹੋ ਜਾਂਦੀਆਂ। ਗੱਲਬਾਤ ਕਰਦੇ ਉਹਨਾਂ ਨੇ ਇਹ ਵੀ ਦੱਸਤਾ ਕਿ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ, ਸਵੇਰ ਦੇ ਨਿਕਲੇ ਹੋਏ ਹਾਂ ਘਰੋਂ ਅਤੇ ਹੁਣ ਸੰਧਿਆ ਦਾ ਟਾਈਮ ਹੋ ਗਿਆ ਆ, ਗੁਰਦੁਆਰਾ ਸਾਹਿਬ ਜਾ ਕੇ ਆਪਣਾ ਨਿਤਨੇਮ ਕਰ ਲਾਂਗੇ ਸੰਧਿਆ ਵੇਲੇ ਦਾ। ਸੋ ਇਹ ਚੀਜ਼ ਹੁੰਦੀ ਆ ਕਿ ਜਿੱਥੇ ਆਪਾਂ ਮਿਲਦੇ ਸਹੀ ਆਪਣੇ ਕੋਈ ਮਿਲ ਜਾਂਦੇ, ਨਾਲ ਨਾ ਕਿਤੇ ਨਾ ਕੋਈ ਨਾ ਸਿੱਖਣ ਨੂੰ ਕੁਝ ਨਵੀਂ ਚੀਜ਼ ਪਤਾ ਲੱਗਦੀ ਹੈ ਇੱਦਾਂ ਹੀ। ਸੋ ਕਰ ਤੇਹਾ ਜਿਤ ਪੈ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ